ਕਰਮ ਫਿਲਾਸਫੀ ਆ ਨਾ ਉਹ ਇੱਦਾਂ ਨਹੀਂ ਹੈਗੀ ਜਾਣ ਬੁੱਝ ਕੇ ਕੀਤੇ ਕਰਮਾਂ ਦਾ ਹੀ ਫਲ ਮਿਲਣਾ ਕਿਉਂਕਿ ਕਈ ਕਰਮ ਜਾਂ ਕਈ ਕੰਮ ਅਸੀਂ ਜ਼ਿੰਦਗੀ ਦੇ ਵਿੱਚ ਐਸੇ ਕਰ ਜਾਂਦੇ ਹਾਂ ਪੈਦਾ ਹੁੰਦੇ ਤੋਂ ਲੈ ਕੇ ਆਪਣੇ ਅੰਤਲੇ ਸਮੇਂ ਤੱਕ ਜਿਨ੍ਹਾਂ ਦਾ ਸਾਨੂੰ ਕਈ ਵਾਰੀ ਇਲਮ ਵੀ ਨਹੀਂ ਹੁੰਦਾ ਵੀ ਇਹ ਮੇਰੇ ਤੋਂ ਹੋ ਚੁੱਕੇ ਨੇ ਇਹ ਗਲਤੀਆਂ ਮੈਂ ਕਰ ਚੁੱਕੇ ਹਾਂ ਕਿਉਂਕਿ ਉਹ ਇੰਟੈਂਸ਼ਨਲੀ ਨਹੀਂ ਹੁੰਦੀਆਂ ਉਹ ਗਲਤੀ ਨਾਲ ਗਲਤੀਆਂ ਹੋ ਜਾਂਦੀਆਂ ਨੇ ਅਤੇ ਬਹੁਤ ਸਾਰੇ ਆਪਾਂ ਗੱਲਾਂ ਨੇ ਇਸ ਚੀਜ਼ ਦੇ ਉੱਤੇ ਕਰਮ ਫਿਲੋਸਫੀ ਨੂੰ ਸਮਝਾਉਣ ਦੀ ਪਰ ਮੈਂ ਛੋਟੀਆਂ ਛੋਟੀਆਂ ਦੋ ਤਿੰਨ ਉਦਾਹਰਣਾਂ ਦੇ ਕੇ ਆਪਾਂ ਇਹਨੂੰ ਥੋੜ੍ਹਾ ਕਲੈਰੀਫਾਈ ਕਰਾਂਗੇ ਜਿਵੇਂ ਦੇਖੋ ਕੋਈ ਇਨਸਾਨ ਹੈ ਉਹ ਆਪਣੀ ਗੱਡੀ ਵਿੱਚ ਜਾ ਰਿਹਾ ਉਹਨੇ ਗੱਡੀ ਰੋਂਗ ਪਾਰਕ ਕਰਤੀ ਠੀਕ ਹੈ ਅਤੇ ਉਹ ਰੋਂਗ ਪਾਰਕ ਕਰੀ ਹੋਈ ਗੱਡੀ ਕਾਰਨ ਉੱਥੋਂ ਜਿੰਨੇ ਲੋਕ ਲੰਘ ਰਹੇ ਨੇ ਉਹ ਸਾਰੇ ਦੁਖੀ ਹੋ ਰਹੇ ਨੇ ਦੁਖੀ ਹੋ ਰਹੇ ਨੇ ਗਾਲਾਂ ਕੱਢ ਰਹੇ ਨੇ ਜਾਂ ਬਦਦੁਆਵਾਂ ਕੁਛ ਵੀ ਦੇ ਰਹੇ ਉਹ ਤਾਂ ਆਪਣੀ ਗੱਡੀ ਪਾਰਕ ਕਰਕੇ ਚਲੇ ਗਿਆ ਹੁਣ ਜਿਹੜਾ ਇਹ ਕਰਮ ਕਰਿਆ ਤੁਸੀਂ ਆਉਣ ਵਾਲੇ ਹੋਰ 200-300 ਜਿਹੜੇ ਬੰਦੇ ਨੇ ਉੱਥੋਂ ਲੰਘਣਾ ਉਹ ਸਾਰੇ ਦੁਖੀ ਹੋ ਕੇ ਜਾ ਰਹੇ ਹੈ ਵਟ ਯੂ ਹੈਵ ਡਨ ਤੁਸੀਂ ਇਨਡਾਇਰੈਕਟਲੀ ਤੁਸੀਂ ਇੱਦਾਂ ਕਰਮ ਕਰ ਲਿਆ ਵੀ ਲੋਕ ਪਰੇਸ਼ਾਨ ਹੋ ਰਹੇ ਹੋ ਜਦੋਂ ਕੋਈ ਪਰੇਸ਼ਾਨ ਹੁੰਦਾ ਤਾਂ ਉਹਦੀ ਵਾਈਬ੍ਰੇਸ਼ਨ ਤੁਹਾਡੇ ਪ੍ਰਤੀ ਕਿੱਦਾਂ ਦੀਆਂ ਹੋਣਗੀਆਂ ਉਹ ਕਹੂਗਾ ਤਾਂ ਕਿੱਦਾਂ ਗੱਡੀ ਲਈ ਹੈ ਇਹਨੂੰ ਅਕਲ ਨਹੀਂ ਹੈਗੀ ਇਹ ਇੱਦਾਂ ਦਾ ਕੁਛ ਵੀ ਉਹਦੇ ਜਿੱਦਾਂ ਦਾ ਪ੍ਰਭਾਵ ਉਹਦੇ ਉੱਤੇ ਪਊਗਾ ਤੁਹਾਡੇ ਕੀਤੇ ਕਰਮ ਦਾ ਉੱਦਾਂ ਦਾ ਹੀ ਆਪਣੇ ਅੰਦਰ ਉਹ ਪੈਦਾ ਹੋਈ ਉਹਦੀ ਐਨਰਜੀਆਂ ਤੁਹਾਡੇ ਉੱਤੇ ਅਟਰੈਕਟ ਕਰਨਗੀਆਂ